ਹੈਲੋ ਸਟੂਡੈਂਟਸ, ਅੱਜ ਦੀ ਇਸ ਵੀਡੀਓ ਵਿੱਚ ਅਸੀਂ ਐਪਲੀਕੇਸ਼ਨ ਸੌਫਟਵੇਅਰ ਬਾਰੇ ਜਾਣਾਂਗੇ। ਐਪਲੀਕੇਸ਼ਨ ਸੌਫਟਵੇਅਰ ਉਹ ਸੌਫਟਵੇਅਰ ਹੁੰਦੇ ਨੇ ਜਿਹੜੇ ਕੰਪਿਊਟਰ ਦੀ ਕਾਰਜ ਸਮਰੱਥਾ ਨੂੰ ਵਧਾਉਂਦੇ ਨੇ। ਕੰਪਿਊਟਰ ਅਲੱਗ ਅਲੱਗ ਕੰਮ ਕਰ ਸਕਦਾ ਹੈ, ਇਸ ਤੋਂ ਭਾਵ ਹੈ ਵੀ ਉਸ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਸੌਫਟਵੇਅਰ ਨੇ ਜਿਹੜੇ ਉਹ ਕੰਮ ਕਰ ਸਕਦੇ ਨੇ। ਸੋ ਇਹਨਾਂ ਨੂੰ ਐਪਲੀਕੇਸ਼ਨ ਸੌਫਟਵੇਅਰ ਕਿਹਾ ਜਾਂਦਾ ਹੈ। ਇਹ ਸੌਫਟਵੇਅਰ ਕੁਝ ਖਾਸ ਕੰਮ ਕਰਨ ਲਈ ਬਣਾਏ ਜਾਂਦੇ ਨੇ, ਜਿੱਦਾਂ ਕਿ MS ਪੇਂਟ, ਇਹਦੇ ਵਿੱਚ ਅਸੀਂ ਪੇਂਟਿੰਗ ਕਰ ਸਕਦੇ ਹਾਂ। ਨੋਟਪੈਡ, ਇਹਦੇ ਵਿੱਚ ਅਸੀਂ ਟੈਕਸਟ ਟਾਈਪ ਕਰ ਸਕਦੇ ਹਾਂ। ਮਾਈਕਰੋਸੋਫਟ ਵਰਡ, ਜੋ ਕਿ ਇੱਕ ਵਰਡ ਪ੍ਰੋਸੈਸਰ ਹੈ, ਇਸ ਵਿੱਚ ਅਸੀਂ ਡਾਕੂਮੈਂਟਸ ਤਿਆਰ ਕਰ ਸਕਦੇ ਹਾਂ, ਟੈਕਸਟ ਦੀ ਫਾਰਮੈਟਿੰਗ ਕਰ ਸਕਦੇ ਹਾਂ। ਪਾਵਰ ਪੁਆਇੰਟ, ਇਸ ਵਿੱਚ ਅਸੀਂ ਪ੍ਰੈਜੈਂਟੇਸ਼ਨ ਬਣਾ ਸਕਦੇ ਹਾਂ। VLC ਪਲੇਅਰ, ਜਿਸ ਵਿੱਚ ਅਸੀਂ ਆਡੀਓ ਵੀਡੀਓ ਫਾਈਲਸ ਨੂੰ ਚਲਾ ਕੇ ਇੰਟਰਟੇਨਮੈਂਟ ਆਪਣੀ ਕਰ ਸਕਦੇ ਹਾਂ। ਐਡੋਬ ਫੋਟੋਸ਼ਾਪ, ਜਿਸ ਵਿੱਚ ਅਸੀਂ ਫੋਟੋਜ਼ ਨੂੰ ਐਡਿਟ ਕਰ ਸਕਦੇ ਹਾਂ। ਐਡੋਬ ਪ੍ਰੀਮੀਅਰ ਪ੍ਰੋ, ਜਿਸ ਵਿੱਚ ਅਸੀਂ ਵੀਡੀਓਜ਼ ਨੂੰ ਐਡਿਟ ਕਰ ਸਕਦੇ ਹਾਂ। ਇਸੇ ਤਰ੍ਹਾਂ ਹੋਰ ਵੀ ਬਹੁਤ ਜ਼ਿਆਦਾ ਸੌਫਟਵੇਅਰ ਹਨ ਜਿਨ੍ਹਾਂ ਬਾਰੇ ਅਸੀਂ ਅੱਜ ਜਾਣਾਂਗੇ। ਕੁਝ ਐਪਲੀਕੇਸ਼ਨ ਸੌਫਟਵੇਅਰ ਜਦੋਂ ਅਸੀਂ ਓਪਰੇਟਿੰਗ ਸਿਸਟਮ ਨੂੰ ਇੰਸਟਾਲ ਕਰਦੇ ਹਾਂ ਤਾਂ ਉਸ ਨਾਲ ਹੀ ਇੰਸਟਾਲ ਹੋ ਜਾਂਦੇ ਹਨ, ਜਿਸ ਤਰ੍ਹਾਂ MS ਪੇਂਟ, ਵਰਡ ਪੈਡ, ਨੋਟ ਪੈਡ, ਫੋਟੋ ਵਿਊਵਰ, ਇਸ ਤਰ੍ਹਾਂ ਦੇ ਸੌਫਟਵੇਅਰ ਵਿਦ ਬੇਸਿਕ ਫੰਕਸ਼ਨੈਲਿਟੀ ਇੰਸਟਾਲ ਹੋ ਜਾਂਦੇ ਨੇ। ਇੱਕ ਹੋਰ ਵੀ ਸੌਫਟਵੇਅਰ ਜੋ ਮੈਂ ਦੱਸਣਾ ਜ਼ਰੂਰ ਚਾਹੂੰਗਾ, ਵੈਬ ਬਰਾਊਜ਼ਰ, ਤਾਂ ਕਿ ਅਸੀਂ ਇੰਟਰਨੈਟ ਨੂੰ ਵਰਤ ਸਕੀਏ। ਜਿਸ ਤਰ੍ਹਾਂ ਜਦੋਂ ਅਸੀਂ ਮਾਈਕਰੋਸੋਫਟ ਵਿੰਡੋਜ਼ ਇੰਸਟਾਲ ਕਰਦੇ ਹਾਂ ਤਾਂ ਮਾਈਕਰੋਸੋਫਟ ਐਜ, EDGE, ਮਾਈਕਰੋਸੋਫਟ ਐਜ ਨਾਮ ਦਾ ਵੈਬ ਬਰਾਊਜ਼ਰ ਆਟੋਮੈਟਿਕ ਇੰਸਟਾਲ ਹੋ ਜਾਂਦਾ, ਜਿਸ ਨੂੰ ਵਰਤ ਕੇ ਅਸੀਂ ਇੰਟਰਨੈਟ 'ਤੇ ਹੋਰ ਵੈਬਸਾਈਟਸ ਨੂੰ ਖੋਲ੍ਹ ਸਕਦੇ ਹਾਂ ਅਤੇ ਹੋਰ ਸੌਫਟਵੇਅਰ ਡਾਊਨਲੋਡ ਕਰ ਸਕਦੇ ਹਾਂ। ਸੋ ਨੋਟਪੈਡ ਇੱਕ ਬੇਸਿਕ ਟੈਕਸਟ ਐਡੀਟਰ ਹੈ, ਭਾਵ ਇਹਦੇ ਵਿੱਚ ਅਸੀਂ ਸਿਰਫ ਅੱਖਰ ਟਾਈਪ ਕਰ ਸਕਦੇ ਹਾਂ, ਕਿਸੇ ਤਰ੍ਹਾਂ ਦੀ ਤਸਵੀਰ ਇੰਸਰਟ ਨਹੀਂ ਕਰ ਸਕਦੇ। ਸਾਰੇ ਅੱਖਰਾਂ ਦੀ ਫਾਰਮੈਟਿੰਗ ਸੇਮ ਹੋਊਗੀ, ਸੇਮ ਤਰ੍ਹਾਂ ਦਾ ਫੌਂਟ ਹੋਊਗਾ, ਰੰਗ ਹੋਊਗਾ, ਢੰਗ ਹੋਊਗਾ। ਸੋ ਫੋਟੋ ਵਿਊਵਰ ਇੱਕ ਅਜਿਹਾ ਸੌਫਟਵੇਅਰ ਹੈ ਜਿਹੜਾ ਕਿ ਆਟੋਮੈਟਿਕਲੀ ਇੰਸਟਾਲ ਹੋ ਜਾਂਦਾ, ਜਿਸ 'ਚ ਅਸੀਂ ਫੋਟੋਜ਼ ਨੂੰ ਓਪਨ ਕਰ ਸਕਦੇ ਹਾਂ, ਐਡਿਟ ਕਰ ਸਕਦੇ ਹਾਂ। ਬੇਸਿਕ ਜਿੱਦਾਂ ਓਰੀਐਂਟੇਸ਼ਨ ਚੇਂਜ ਕਰ ਲਈ, ਲੈਂਡਸਕੇਪ ਤੋਂ ਪੋਰਟਰੇਟ ਲੈਫਟ ਮੂਵ ਕਰ ਲਿਆ, ਰਾਈਟ ਓਰੀਐਂਟੇਸ਼ਨ ਚੇਂਜ ਕਰ ਲਈ, ਕ੍ਰੋਪ ਕਰ ਲਿਆ, ਰੀਸਾਈਜ਼ ਕਰ ਲਿਆ। ਸੋ ਇਸੇ ਤਰ੍ਹਾਂ ਮੀਡੀਆ ਪਲੇਅਰ ਵਿੱਚ ਜੋ ਬਿਲਟਿਨ ਹੁੰਦਾ ਆ, ਬਿਲਟਿਨ ਤੋਂ ਭਾਵ ਜੋ ਓਪਰੇਟਿੰਗ ਸਿਸਟਮ ਦੇ ਨਾਲ ਹੀ ਇੰਸਟਾਲ ਹੋ ਜਾਂਦਾ, ਉਹਦੇ ਵਿੱਚ ਅਸੀਂ ਆਡੀਓ ਵੀਡੀਓ ਫਾਈਲਸ ਨੂੰ ਚਲਾ ਕੇ ਦੇਖ ਸਕਦੇ ਹਾਂ। ਪਰ ਕੰਪਿਊਟਰ ਵਿੱਚ ਅਸੀਂ ਹੋਰ ਵੀ ਬਹੁਤ ਕੰਮ ਕਰਦੇ ਹਾਂ ਅਤੇ ਸਾਨੂੰ ਹੋਰ ਫੰਕਸ਼ਨਸ ਦੀ ਜ਼ਰੂਰਤ ਪੈਂਦੀ ਹੈ ਜਿਨ੍ਹਾਂ ਲਈ ਇਹ ਸੌਫਟਵੇਅਰ ਇਨਫ ਨਹੀਂ ਹੁੰਦੇ। ਸੋ ਅਸੀਂ ਅਜਿਹੇ ਸੌਫਟਵੇਅਰ ਇੰਟਰਨੈਟ ਤੋਂ ਡਾਊਨਲੋਡ ਕਰਕੇ ਇੰਸਟਾਲ ਕਰ ਲੈਂਦੇ ਹਾਂ ਓਪਰੇਟਿੰਗ ਸਿਸਟਮ ਦੀ ਮਦਦ ਨਾਲ ਆਪਣੇ ਕੰਪਿਊਟਰ ਵਿੱਚ, ਅਤੇ ਸਾਡਾ ਕੰਪਿਊਟਰ ਦੀ ਕਾਰਜ ਸਮਰੱਥਾ ਹੋਰ ਵੱਧ ਜਾਂਦੀ ਹੈ। ਜਿਸ ਤਰ੍ਹਾਂ ਮੈਂ ਕੁਝ ਸੌਫਟਵੇਅਰਸ ਦੇ ਨਾਂ ਲਾਊਂਗਾ, ਭਾਵ ਜਦੋਂ ਤੁਸੀਂ ਕੋਈ ਨਵਾਂ ਲੈਪਟਾਪ ਲੈਂਦੇ ਹੋ, ਕੰਪਿਊਟਰ ਲੈਂਦੇ ਹੋ ਜਾਂ ਵਿੰਡੋਜ਼ ਓਪਰੇਟਿੰਗ ਸਿਸਟਮ ਨੂੰ ਦੁਬਾਰਾ ਇੰਸਟਾਲ ਕਰਦੇ ਹੋ, ਤਾਂ ਤੁਸੀਂ ਇਹ ਸੌਫਟਵੇਅਰ ਆਪਣੇ ਕੰਪਿਊਟਰ ਵਿੱਚ ਜ਼ਰੂਰ ਇੰਸਟਾਲ ਕਰੋ, ਤਾਂ ਕਿ ਜਿਹੜੇ ਬੇਸਿਕ ਕੰਮ ਨੇ ਉਹ ਵਧੀਆ ਤਰੀਕੇ ਨਾਲ ਤੁਸੀਂ ਆਪਣੇ ਕੰਪਿਊਟਰ ਵਿੱਚ ਕਰ ਸਕੋ। ਜਿਸ ਤਰ੍ਹਾਂ ਫਾਸਟ ਸਟੋਨ ਦੇ ਦੋ ਸੌਫਟਵੇਅਰ ਆਉਂਦੇ ਨੇ, ਇੱਕ ਫੋਟੋ ਰੀਸਾਈਜ਼ਰ, ਇੱਕ ਇਮੇਜ ਵਿਊਵਰ। ਬੈਚ ਫੋਟੋ ਰੀਸਾਈਜ਼ਰ ਦੇ ਨਾਲ ਅਸੀਂ ਇਕੱਠੀਆਂ ਫੋਟੋਆਂ ਨੂੰ ਰੀਨੇਮ ਕਰ ਸਕਦੇ ਹਾਂ, ਰੀਸਾਈਜ਼ ਕਰ ਸਕਦੇ ਹਾਂ, ਕ੍ਰੋਪ ਕਰ ਸਕਦੇ ਹਾਂ, ਉਹਨਾਂ 'ਤੇ ਵਾਟਰ ਮਾਰਕ ਲਗਾ ਸਕਦੇ ਹਾਂ, ਬਹੁਤ ਸਾਰੀਆਂ ਫੋਟੋਆਂ ਨੂੰ ਇਕੱਠੀਆਂ। ਇਸੇ ਤਰ੍ਹਾਂ ਇਹਦਾ ਇੱਕ ਇਮੇਜ ਵਿਊਵਰ ਆਉਂਦਾ ਫਾਸਟ ਸਟੋਨ ਦਾ, ਜਿਸ ਦੇ ਵਿੱਚ ਅਸੀਂ ਕਹਿ ਲਓ ਵੀ ਮਿੰਨੀ ਫੋਟੋ ਐਡੀਟਰ ਹੈ ਉਹ, ਉਸ ਵਿੱਚ ਅਸੀਂ ਫੋਟੋਜ਼ 'ਤੇ ਮਾਸਕ ਲਗਾ ਸਕਦੇ ਹਾਂ, ਫੋਟੋਜ਼ ਨੂੰ ਈਜ਼ੀਲੀ ਰੀਸਾਈਜ਼ ਕਰ ਸਕਦੇ ਹਾਂ, ਪ੍ਰਿੰਟ ਕਰ ਸਕਦੇ ਹਾਂ, ਉਹਨਾਂ ਦੀ ਓਰੀਐਂਟੇਸ਼ਨ ਚੇਂਜ ਕਰ ਸਕਦੇ ਹਾਂ, ਉਹਨਾਂ ਨੂੰ ਕ੍ਰੋਪ ਕਰ ਸਕਦੇ ਹਾਂ। ਸੋ ਫਾਸਟ ਸਟੋਨ ਦੇ ਦੋ ਸੌਫਟਵੇਅਰ ਤੁਸੀਂ ਫ੍ਰੀ ਆਫ ਕੋਸਟ ਇੰਟਰਨੈਟ ਤੋਂ ਉਹਨਾਂ ਦੀ ਵੈਬਸਾਈਟ ਤੋਂ ਡਾਊਨਲੋਡ ਕਰਕੇ ਇੰਸਟਾਲ ਜ਼ਰੂਰ ਕਰ ਲਓ। ਇੱਕ ਤੁਸੀਂ VLC ਪਲੇਅਰ ਨੂੰ ਆਪਣੇ ਕੰਪਿਊਟਰ ਵਿੱਚ ਜ਼ਰੂਰ ਇੰਸਟਾਲ ਕਰੋ। VLC ਪਲੇਅਰ ਇਹ ਮਲਟੀਮੀਡੀਆ ਪਲੇਅਰ ਹੈ, ਇਹਦੇ ਵਿੱਚ ਆਡੀਓ ਅਤੇ ਵੀਡੀਓ ਫਾਈਲਸ ਨੂੰ ਅਸੀਂ
ਚਲਾ ਕੇ ਦੇਖ ਸਕਦੇ ਹੋ। ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਅਲੱਗ ਅਲੱਗ ਤਰ੍ਹਾਂ ਦੇ ਆਡੀਓ ਫੋਰਮੈਟ ਹੁੰਦੇ ਨੇ, ਅਲੱਗ ਅਲੱਗ ਤਰ੍ਹਾਂ ਦੇ ਵੀਡੀਓ ਫੋਰਮੈਟ ਹੁੰਦੇ ਨੇ, ਜਿਨ੍ਹਾਂ ਨੂੰ ਅਸੀਂ ਬੜੇ ਈਜ਼ੀਲੀ VLC ਪਲੇਅਰ ਵਿੱਚ ਓਪਨ ਕਰਕੇ ਪਲੇ ਕਰਕੇ ਆਪਣਾ ਇੰਟਰਟੇਨਮੈਂਟ ਕਰ ਸਕਦੇ ਹਾਂ। ਇਸੇ ਤਰ੍ਹਾਂ ਇੱਕ ਵੋਇਡ ਟੂਲਸ ਕੰਪਨੀ ਦਾ ਐਵਰੀਥਿੰਗ ਨਾਮ ਦਾ ਯੂਟੀਲਿਟੀ ਸੋਫਟਵੇਅਰ ਆਉਂਦਾ ਹੈ। ਐਵਰੀਥਿੰਗ ਇੱਕ ਛੋਟਾ ਜਿਹਾ ਸੋਫਟਵੇਅਰ ਹੈ ਜਿਸ ਨਾਲ ਅਸੀਂ ਵਿੰਡੋਜ਼ ਓਪਰੇਟਿੰਗ ਸਿਸਟਮ ਵਿੱਚ ਜਿਹੜੀ ਫਾਈਲਾਂ ਅਤੇ ਫੋਲਡਰਾਂ ਦੀ ਸਰਚ ਹੈ ਜਾਂ ਅਲੱਗ ਅਲੱਗ ਟਾਈਪਸ ਦੀ ਫਾਈਲਸ ਦੀ ਸਰਚ ਹੈ ਉਹਨੂੰ ਬਹੁਤ ਹੀ ਈਜ਼ੀ ਅਤੇ ਬਹੁਤ ਹੀ ਫਾਸਟ ਤਰੀਕੇ ਨਾਲ ਕਰ ਸਕਦੇ ਹਾਂ। ਮੈਨੂੰ ਵਿੰਡੋਜ਼ ਓਪਰੇਟਿੰਗ ਸਿਸਟਮ ਦੀ ਸਰਚ ਬਿਲਕੁਲ ਵਧੀਆ ਨਹੀਂ ਲੱਗਦੀ, ਬਹੁਤ ਸਲੋ ਹੈ, ਟਾਈਮ ਕੰਜ਼ਿਊਮਿੰਗ ਹੈ ਅਤੇ ਵਧੀਆ ਰਿਜ਼ਲਟ ਆਊਟਪੁੱਟ ਨਹੀਂ ਦਿੰਦੀ। ਸੋ ਐਵਰੀਥਿੰਗ ਇੱਕ ਫ੍ਰੀ ਸੋਫਟਵੇਅਰ ਹੈ ਜਿਸ ਨੂੰ ਤੁਸੀਂ ਇੰਟਰਨੈਟ ਤੋਂ ਡਾਊਨਲੋਡ ਕਰ ਸਕਦੇ ਹੋ ਅਤੇ ਇੰਸਟਾਲ ਕਰ ਸਕਦੇ ਹੋ ਆਪਣੇ ਕੰਪਿਊਟਰ ਵਿੱਚ, ਅਤੇ ਇਹ ਬਹੁਤ ਹੀ ਫਾਸਟ ਸਰਚ ਕਰਦਾ। ਅਲੱਗ ਅਲੱਗ ਟਾਈਪਸ ਦੇ ਅਸੀਂ ਫਿਲਟਰ ਲਗਾ ਕੇ ਫਾਈਲ ਨੂੰ ਸਰਚ ਕਰ ਸਕਦੇ ਹਾਂ। ਜ਼ੂਮ ਡੈਸਕਟੋਪ ਕਲਾਇੰਟ, ਜ਼ੂਮ ਮੀਟਿੰਗਸ ਅਸੀਂ ਸਾਰੇ ਕਰਦੇ ਹਾਂ, ਸੋ ਸਾਨੂੰ ਜ਼ੂਮ ਡੈਸਕਟੋਪ ਕਲਾਇੰਟ ਵੀ ਆਪਣੇ ਕੰਪਿਊਟਰ ਵਿੱਚ ਇੰਸਟਾਲ ਕਰ ਲੈਣਾ ਚਾਹੀਦਾ। ਗੂਗਲ ਡਰਾਈਵ ਦਾ ਜਿਹੜਾ ਡੈਸਕਟੋਪ ਦਾ ਵਰਜ਼ਨ ਹੈ ਸਾਨੂੰ ਉਹ ਵੀ ਆਪਣੇ ਕੰਪਿਊਟਰ ਵਿੱਚ ਇੰਸਟਾਲ ਕਰ ਲੈਣਾ ਚਾਹੀਦਾ। ਫਿਰ ਸਾਡੀਆਂ ਜਿਹੜੀਆਂ ਗੂਗਲ ਡਰਾਈਵ ਦੀਆਂ ਫਾਈਲਸ ਨੇ ਉਹ ਕੰਪਿਊਟਰ 'ਤੇ ਸਿੰਕਰੋਨਾਈਜ਼ ਹੋ ਜਾਣਗੀਆਂ, ਜੋ ਫਾਈਲਾਂ ਸਾਡੇ ਕੰਪਿਊਟਰ 'ਤੇ ਨੇ ਉਹ ਸਾਡੀ ਡਰਾਈਵ 'ਤੇ ਅਪਡੇਟ ਹੋ ਜਾ ਕਰਨਗੀਆਂ, ਜੋ ਕਲਾਊਡ 'ਤੇ ਗੂਗਲ ਡਰਾਈਵ ਦੀਆਂ ਫਾਈਲਸ ਪਈਆਂ ਨੇ ਇੰਟਰਨੈਟ 'ਤੇ ਉਹ ਸਾਡੇ ਕੰਪਿਊਟਰ ਵਿੱਚ ਸਿੰਕਰੋਨਾਈਜ਼ ਹੋ ਜਾਣਗੀਆਂ, ਮਤਲਬ ਕਾਪੀ ਹੋ ਜਾ ਕਰਨਗੀਆਂ। ਸੋ ਦੋਨੇ ਪਾਸੇ ਫਾਈਲਸ ਨੇ ਜਿਹੜੀਆਂ ਉਹ ਬਰਾਬਰ ਰਹਿਣਗੀਆਂ। ਅਸੀਂ ਸੈੱਟ ਕਰ ਸਕਦੇ ਹਾਂ ਕਿਹੜੀਆਂ ਫਾਈਲਸ ਅਸੀਂ ਆਪਣੇ ਕੰਪਿਊਟਰ 'ਤੇ ਡਾਊਨਲੋਡ ਕਰਨਾ ਚਾਹੁੰਦੇ ਹਾਂ ਜਾਂ ਨਹੀਂ ਸਟੋਰੇਜ ਨੂੰ ਬਚਾਉਣ ਲਈ। ਇੱਕ ਮੈਂ ਤੁਹਾਨੂੰ ਰਿਕਮੈਂਡ ਕਰੂੰਗਾ ਕਿ ਤੁਸੀਂ 7-Zip, ਜਿਹਨੂੰ 7Z ਬੋਲਦੇ ਹੈ, ਇਹ ਸੋਫਟਵੇਅਰ ਨੂੰ ਆਪਣੇ ਕੰਪਿਊਟਰ ਵਿੱਚ ਜ਼ਰੂਰ ਇੰਸਟਾਲ ਕਰੋ। ਕੰਪਰੈਸਡ ਫਾਈਲਾਂ ਨੂੰ ਬਣਾਉਣਾ ਜਾਂ ਉਹਨਾਂ ਨੂੰ ਅਨਕੰਪਰੈਸ ਕਰਨਾ, ਡੀਕੰਪਰੈਸ ਕਰਨਾ ਅਸੀਂ 7Z ਸੋਫਟਵੇਅਰ ਨਾਲ ਕਰ ਸਕਦੇ ਹਾਂ। ਇਹ ਇੱਕ ਫ੍ਰੀ ਸੋਫਟਵੇਅਰ ਹੈ 7Zip, ਜਾਂ ਇਹਦਾ ਅਲਟਰਨੇਟਿਵ ਜਿਹੜਾ ਸਭ ਤੋਂ ਮਸ਼ਹੂਰ ਹੈ ਵਿਨਰਾਰ, ਪਰ ਇਹ ਪੇਡ ਸੋਫਟਵੇਅਰ ਹੈ। ਸੋ ਤੁਸੀਂ ਇਹਨਾਂ 'ਚੋਂ ਕੋਈ ਵੀ ਸੋਫਟਵੇਅਰ ਆਪਣੇ ਕੰਪਿਊਟਰ ਵਿੱਚ ਜ਼ਰੂਰ ਇੰਸਟਾਲ ਕਰੋ, ਇਹ ਬਹੁਤ ਹੀ ਜ਼ਿਆਦਾ ਜੋ ਹੈ ਉਹ ਜ਼ਰੂਰੀ ਹੈ। ਤੁਸੀਂ ਇੱਕ ਸੋਫਟਵੇਅਰ ਇੰਸਟਾਲ ਕਰ ਸਕਦੇ ਹੋ OpenShot, OpenShot, OpenShot ਇੱਕ ਵੀਡੀਓ ਐਡੀਟਰ, ਬੇਸਿਕ ਵੀਡੀਓ ਐਡੀਟਰ ਸੋਫਟਵੇਅਰ ਹੈ ਫ੍ਰੀ ਆਫ ਕੋਸਟ, ਜਿਹਦੇ ਨਾਲ ਤੁਸੀਂ ਬੇਸਿਕ ਵੀਡੀਓ ਐਡੀਟਿੰਗ ਆਪਣੇ ਵਿੰਡੋਜ਼ ਓਪਰੇਟਿੰਗ ਸਿਸਟਮ ਵਿੱਚ ਕਰ ਸਕਦੇ ਹੋ। ਇਸੇ ਤਰ੍ਹਾਂ ਇੱਕ ਯੂਟੀਲਿਟੀ ਹੈ ਬਲਕ ਰੀਨੇਮ ਯੂਟੀਲਿਟੀ, ਇਹ ਇੱਕ ਸੋਫਟਵੇਅਰ ਹੈ ਜਿਸ ਨਾਲ ਮਲਟੀਪਲ ਫਾਈਲਾਂ ਨੂੰ ਅਸੀਂ ਰੀਨੇਮ ਕਰ ਸਕਦੇ ਹਾਂ, ਸੁਫਿਕਸ ਲਗਾ ਕੇ, ਪ੍ਰੀਫਿਕਸ ਲਗਾ ਕੇ, ਨੰਬਰਿੰਗ ਲਗਾ ਕੇ। ਸੋ ਜਦੋਂ ਅਸੀਂ ਬਹੁਤ ਸਾਰੀਆਂ ਫਾਈਲਸ ਨੂੰ ਰੀਨੇਮ ਕਰਨਾ ਹੁੰਦਾ ਤਾਂ ਇਹਦੇ ਵਿੱਚ ਬਹੁਤ ਜ਼ਿਆਦਾ ਆਪਸ਼ਨਸ ਨੇ ਜਿਨ੍ਹਾਂ ਨਾਲ ਅਸੀਂ ਬੜੇ ਈਜ਼ੀਲੀ ਮਲਟੀਪਲ ਫਾਈਲਸ ਨੂੰ ਰੀਨੇਮ ਕਰ ਸਕਦੇ ਹਾਂ। ਅਸੀਂ ਆਪਣੇ ਕੰਪਿਊਟਰ ਵਿੱਚ ਵਟਸਐਪ ਦਾ ਡੈਸਕਟੋਪ ਵਰਜ਼ਨ, ਟੈਲੀਗ੍ਰਾਮ ਜੋ ਮੈਸੰਜਰ ਹੈ ਉਹਦਾ ਡੈਸਕਟੋਪ ਵਰਜ਼ਨ ਵੀ ਇੰਸਟਾਲ ਕਰ ਸਕਦੇ ਹਾਂ। ਸਾਨੂੰ ਨੋਟ ਪੈਡ ਪਲੱਸ ਪਲੱਸ ਇੱਕ ਸੋਫਟਵੇਅਰ ਹੈ ਜੋ ਟੈਬ ਐਕਸਪੀਰੀਅੰਸ ਸਾਨੂੰ ਦਿੰਦਾ ਆ, ਕੋਡਿੰਗ ਕਰਨ ਲਈ ਵੀ ਇਹ ਸੋਫਟਵੇਅਰ ਬਹੁਤ ਵਧੀਆ ਹੈ, ਟੈਕਸਟ ਦੇ ਨੋਟਸ ਲੈਣ ਲਈ ਵੀ ਇਹ ਸੋਫਟਵੇਅਰ ਬਹੁਤ ਵਧੀਆ ਹੈ। ਨੋਟ ਪੈਡ ਪਲੱਸ ਪਲੱਸ ਇਸ ਨੂੰ ਸਾਨੂੰ ਇੰਸਟਾਲ ਕਰਨਾ ਚਾਹੀਦਾ ਹੈ। ਸਾਨੂੰ ਵਿਜੂਅਲ ਸਟੂਡੀਓ ਕੋਡ ਇੰਸਟਾਲ ਕਰਨਾ ਚਾਹੀਦਾ ਹੈ। VS ਕੋਡ ਵੀ ਜਿਹਨੂੰ ਬੋਲ ਦਿੰਦੇ ਹਾਂ, ਉਹਦੇ ਵਿੱਚ ਅਸੀਂ ਅਲੱਗ ਅਲੱਗ ਤਰ੍ਹਾਂ ਦੀ ਕੋਡਿੰਗ ਕਰ ਸਕਦੇ ਹਾਂ। ਸਾਨੂੰ ਲਾਈਟ ਸ਼ਾਟ ਕਰਕੇ ਇੱਕ ਸਮਾਲ ਯੂਟੀਲਿਟੀ ਹੁੰਦੀ ਹੈ ਉਹ ਇੰਸਟਾਲ ਕਰਨੀ ਚਾਹੀਦੀ ਹੈ। ਲਾਈਟ ਸ਼ਾਟ ਸਕਰੀਨ ਸ਼ਾਟ ਟੇਕਿੰਗ ਯੂਟੀਲਿਟੀ ਹੈ ਵਿੰਡੋਜ਼ ਲਈ, ਅਸੀਂ ਈਜ਼ੀਲੀ ਸਕਰੀਨ ਸ਼ਾਟ ਲੈ ਸਕਦੇ ਹਾਂ ਅਤੇ ਫਿਰ ਉਹਨੂੰ ਐਨੋਨੇਟ ਕਰ ਸਕਦੇ ਹਾਂ, ਭਾਵ
ਕੋਈ ਸਕੇਅਰ ਬਾਕਸ ਬਣਾਉਣਾ ਆ, ਕੋਈ ਰੈਕਟੈਂਗਲ ਬਣਾਉਣੇ, ਕੋਈ ਐਰੋ ਲਗਾਉਣਾ ਆ, ਕੋਈ ਟੈਕਸਟ ਲਿਖਣਾ ਆ ਸਕਰੀਨਸ਼ਾਟ 'ਤੇ, ਉਹ ਲੈ ਸਕਦੇ। ਸੋ ਲਾਈਟ ਸ਼ਾਟ ਵੀ ਇੱਕ ਬਹੁਤ ਵਧੀਆ ਯੂਟੈਲਿਟੀ ਹੈ ਜਿਹੜੀ ਸਾਨੂੰ ਆਪਣੇ ਕੰਪਿਊਟਰ ਵਿੱਚ ਇੰਸਟਾਲ ਕਰਨੀ ਚਾਹੀਦੀ ਹੈ। ਸਾਨੂੰ ਮਾਈਕਰੋਸਾਫਟ ਆਫਿਸ ਜ਼ਰੂਰ ਇੰਸਟਾਲ ਕਰਨਾ ਚਾਹੀਦਾ ਆਪਣੇ ਕੰਪਿਊਟਰ ਵਿੱਚ, ਜਿਸ ਵਿੱਚ ਵਰਡ, ਐਕਸਲ, ਪਾਵਰ ਪੁਆਇੰਟ, ਇਹ ਤਿੰਨ ਸੋਫਟਵੇਅਰ ਜ਼ਰੂਰ ਹੋਣ, ਤਾਂ ਕਿ ਅਸੀਂ ਜੇਕਰ ਬੇਸਿਕ ਕੰਮ ਕਰਨੇ ਨੇ ਤਾਂ ਸਾਨੂੰ ਜਿਹੜੇ ਮਾਈਕਰੋਸਾਫਟ ਆਫਿਸ ਦੇ ਸੋਫਟਵੇਅਰ ਨਾਲ ਅਸੀਂ ਕਰ ਸਕਦੇ ਹਾਂ ਉਹ ਹੋ ਸਕਣ। ਪਰ ਇਹ ਕੋਈ ਜ਼ਰੂਰੀ ਨਹੀਂ ਹੈ, ਜੇਕਰ ਮਾਈਕਰੋਸਾਫਟ ਆਫਿਸ ਤੁਹਾਡੇ ਕੋਲ ਨਹੀਂ ਵੀ ਹੈ, ਕਿਉਂਕਿ ਇਹ ਸੋਫਟਵੇਅਰ ਖਰੀਦਣਾ ਪੈਂਦਾ, ਪੇਡ ਸੋਫਟਵੇਅਰ ਹੈ, ਤਾਂ ਤੁਸੀਂ ਜਾਂ ਤਾਂ ਇਹਨਾਂ ਦੇ ਮਾਈਕਰੋਸਾਫਟ ਦੀ ਵੈਬਸਾਈਟ 'ਤੇ ਹੀ ਔਨਲਾਈਨ ਵਰਜਨ ਜੋ ਵਰਤ ਸਕਦੇ ਹੋ ਈਮੇਲ ਅਕਾਊਂਟ ਦੇ ਜ਼ਰੀਏ, ਜਾਂ ਫਿਰ ਗੂਗਲ ਦੇ ਜਿਹੜੇ ਅਲਟਰਨੇਟਿਵ ਵੈਬ ਸਰਵਿਸਿਜ਼ ਦੇ ਸੋਫਟਵੇਅਰ ਨੇ, ਜਿੱਦਾਂ ਗੂਗਲ ਡਾਕਸ, ਗੂਗਲ ਸਲਾਈਡਸ, ਗੂਗਲ ਸ਼ੀਟਸ, ਅਸੀਂ ਇਹਨਾਂ ਨੂੰ ਵਰਤ ਸਕਦੇ ਹਾਂ। ਸੋ ਇਹ ਸਨ ਕੁਝ ਬੇਸਿਕ ਸੋਫਟਵੇਅਰ ਜਿਹੜੇ ਤੁਸੀਂ ਆਪਣੇ ਕੰਪਿਊਟਰ ਵਿੱਚ ਜ਼ਰੂਰ ਇੰਸਟਾਲ ਕਰੋ, ਤਾਂ ਕਿ ਰੋਜ਼ਮਰਰਾ ਦੇ ਜਿਹੜੇ ਕੰਮ ਨੇ ਉਹ ਤੁਸੀਂ ਈਜ਼ੀਲੀ ਕਰ ਸਕੋ। ਥੈਂਕ ਯੂ ਵੈਰੀ ਮੱਚ।